ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਸਵਾਗਤ ਕੀਤਾ ਜਾਂਦਾ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਫਰਿੰਦਰ ਐਜੂਕੇਸ਼ਨ ਵਿੱਚ ਅੱਜ ਅਸੀਂ 월ਡ ਹਿਸਟਰੀ ਦਾ ਪ੍ਰੈਕਟਿਸ ਸੈਟ 1 ਕਰਾਂਗੇ ਜਿਦੇ ਵਿੱਚ ਅਸੀਂ ਫਰਸਟ 월ਡ ਵਾਰ ਦੇ ਮੋਸਟ ਇੰਪੋਰਟੈਂਟ MCQਸ ਕਰਾਂਗੇ ਤਾਂ ਵੀਡੀਓ ਸ਼ੁਰੂ ਕਰਦੇ ਹਾਂਗੇ ਪਹਿਲਾ MCQ ਹੈ ਆਪਣੇ ਕੋਲ ਪਹਿਲਾ ਵਿਸ਼ਵ ਯੁੱਧ ਕਦੋਂ ਸ਼ੁਰੂ ਹੋਇਆ ਆਪਸ਼ਨ A 11 ਮਈ 1914 ਇਸਵੀ B 11 ਨਵੰਬਰ 1914 ਇਸਵੀ ਸੀ 28 ਜੂਨ 1914 ਇਸਵੀ ਤੇ ਡੀ 28 ਜੁਲਾਈ 1914 ਇਸਵੀ ਤਾਂ ਇਹਦਾ ਸਹੀ ਜਵਾਬ ਹੈ ਗਾਗਾ ਆਪਸ਼ਨ ਡੀ 28 ਜੁਲਾਈ 1914 ਇਸਵੀ ਤੇ ਇਹ ਜਿਹੜਾ ਯੁੱਧ ਸੀਗਾ ਇਹ 4 ਸਾਲ 3 ਮਹੀਨੇ ਤੇ 2 ਹਫ਼ਤੇ ਚੱਲਿਆ ਸੀਗਾ ਤੇ ਅਖੀਰ ਨੂੰ ਇਹ 11 ਨਵੰਬਰ 1918 ਇਸਵੀ ਨੂੰ ਸਮਾਪਤ ਹੋਇਆ ਸੀਗਾ ਦੂਸਰਾ ਪ੍ਰਸ਼ਨ ਪਹਿਲਾ ਵਿਸ਼ਵ ਯੁੱਧ ਹੋਰ ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ অপਸ਼ਨ A ਗਲੋਬਲ ਵਾਰ B ਦ ਵਾਰ ਆਫ ਐਂਡ ਆਲਵਰ C ਦ ਗ੍ਰੇਟ ਵਾਰ D ਆਲ ਆਫ ਦਾ ਅਬਵ ਤਾਂ ਇਹਦਾ ਸਹੀ ਜਵਾਬ ਹੈਗਾਗਾ অপਸ਼ਨ D ਆਲ ਆਫ ਦਾ ਅਬਵ ਤੀਸਰਾ ਪ੍ਰਸ਼ਨ ਪਹਿਲੇ ਵਿਸ਼ਵ ਯੁੱਧ ਵਿੱਚ ਕਿੰਨੇ ਦੇਸ਼ਾਂ ਨੇ ਭਾਗ ਲਿਆ ਸੀ অপਸ਼ਨ A 27 ਦੇਸ਼ਾਂ ਨੇ B 30 ਦੇਸ਼ਾਂ ਨੇ C 37 ਦੇਸ਼ਾਂ ਨੇ ਤੇ 42 ਦੇਸ਼ਾਂ ਨੇ ਤਾਂ ਇਹਦਾ ਸਹੀ ਜਵਾਬ ਹੈ ਗਾਗਾ ਆਪਸ਼ਨ ਸੀ 37 ਦੇਸ਼ਾਂ ਨੇ ਇਸ ਸਮੇਂ ਵਿਸ਼ਵ ਦੋ ਗੁੱਟਾਂ ਦੇ ਵਿੱਚ ਵੰਡਿਆ ਗਿਆ ਸੀਗਾ ਪਹਿਲਾ ਸੀਗਾ ਮਿੱਤਰ ਰਾਸ਼ਟਰ ਤੇ ਦੂਸਰਾ ਸੀਗਾ ਤੁਰੀ ਰਾਸ਼ਟਰ ਚੌਥਾ ਪ੍ਰਸ਼ਨ ਪਹਿਲੇ ਵਿਸ਼ਵ ਯੁੱਧ ਸਮੇਂ ਮਿੱਤਰ ਰਾਸ਼ਟਰ ਵਿੱਚ ਸ਼ਾਮਲ ਮੁੱਖ ਦੇਸ਼ ਕਿਹੜੇ ਸਨ ਆਪਸ਼ਨ ਏ ਅਮਰੀਕਾ ਇੰਗਲੈਂਡ ਫਰਾਂਸ ਰੂਸ ਤੇ ਜਾਪਾਨ ਬੀ ਇਟਲੀ ਜਰਮਨੀ ਆਸਟਰੀਆ ਹੰਗਰੀ ਸੀ ਅਮਰੀਕਾ ਇੰਗਲੈਂਡ ਫਰਾਂਸ ਰੂਸ ਤੇ ਆਸਟਰੀਆ ਡੀ ਇਟਲੀ ਅਮਰੀਕਾ ਇੰਗਲੈਂਡ ਫਰਾਂਸ ਰੂਸ ਤੇ ਆਸਟਰੀਆ ਤਾਂ ਇਹਦਾ ਸਹੀ ਜਵਾਬ ਹੈ ਗਾਗਾ ਆਪਸ਼ਨ ਏ ਅਮਰੀਕਾ ਇੰਗਲੈਂਡ ਫਰਾਂਸ ਰੂਸ ਤੇ ਜਾਪਾਨ ਪੰਜਵਾਂ ਪ੍ਰਸ਼ਨ ਪਹਿਲੇ ਵਿਸ਼ਵ ਯੁੱਧ ਦਾ ਤਤਕਾਲੀ ਕਾਰਨ ਕੀ ਸੀ ਆਪਸ਼ਨ ਏ ਆਸਟਰੀਆ ਦੇ ਸ਼ਾਸਕ ਦੀ ਹੱਤਿਆ ਬੀ ਸਰਬੀਆ ਦੇ ਰਾਜਕੁਮਾਰ ਦੀ ਹੱਤਿਆ ਸੀ ਆਸਟਰੀਆ ਦੇ ਰਾਜਕੁਮਾਰ ਦੀ ਹੱਤਿਆ ਤੇ ਡੀ ਜਰਮਨੀ ਦੇ ਚਾਂਸਲਰ ਦੀ ਹੱਤਿਆ ਤਾਂ ਇਹਦਾ ਸਹੀ ਜਵਾਬ ਹੈ ਗਾਗਾ ਆਪਸ਼ਨ ਸੀ ਆਸਟਰੀਆ ਦੇ ਰਾਜਕੁਮਾਰ ਦੀ ਹੱਤਿਆ ਤੇ ਜੇਕਰ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛਿਆ ਜਾਵੇ ਕਿ ਆਸਟਰੀਆ ਦੇ ਰਾਜਕੁਮਾਰ ਦੀ ਹੱਤਿਆ ਕਿੱਥੇ ਕੀਤੀ ਗਈ ਸੀ ਤਾਂ ਉਹ ਕੀਤੀ ਗਈ ਸੀਗੀ ਬੋਸਨੀਆ ਦੀ ਰਾਜਧਾਨੀ ਸਰਾਜੋਵਾ ਦੇ ਵਿੱਚ ਛੇਵਾਂ ਪ੍ਰਸ਼ਨ ਗੁਪਤ ਸੰਧੀਆਂ ਪ੍ਰਣਾਲੀ ਦਾ ਜਨਕ ਕਿਸ ਨੂੰ ਕਿਹਾ ਜਾਂਦਾ ਹੈ অপਸ਼ਨ ਏ ਬਿਸਮਾਰਕ ਬੀ ਹਿਟਲਰ ਸੀ ਮੁਸੋਲਿਨੀ ਤੇ ਡੀ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹਦਾ ਰਾਈਟ ਜਵਾਬ ਹੈਗਾ ਆਪਸ਼ਨ ਏ ਬਿਸਮਾਰਕ ਸੱਤਵਾਂ ਪ੍ਰਸ਼ਨ ਬਿਸਮਾਰਕ ਪਰਸੀਆ ਦੇ ਸ਼ਾਸਕ ਵਿਲੀਅਮ ਪਹਿਲੇ ਦਾ ਪ੍ਰਧਾਨ ਮੰਤਰੀ ਕਦੋਂ ਬਣਿਆ ਏ 1862 ਇਸਵੀ B 1850 ਇਸਵੀ C 1872 ਇਸਵੀ ਤੇ D 1894 ਇਸਵੀ ਤਾਂ ਇਹਦਾ ਰਾਈਟ ਜਵਾਬ ਹੈਗਾ ਆਪਸ਼ਨ A 1862 ਇਸਵੀ 8ਵਾਂ ਪ੍ਰਸ਼ਨ ਫਰਾਂਸ ਅਤੇ ਪਰਸ਼ੀਆ ਵਿਚਕਾਰ ਅਲਸੇਸ ਅਤੇ ਲੋਰੇਨ ਪ੍ਰਦੇਸ਼ਾਂ ਨੂੰ ਲੈ ਕੇ ਕਦੋਂ ਯੁੱਧ ਹੋਇਆ A 1868 ਇਸਵੀ B 1861 ਇਸਵੀ ਸੀ 1870 ਇਸਵੀ ਤੇ ਬੀ 1878 ਇਸਵੀ ਤਾਂ ਇਹਦਾ ਸਹੀ ਜਵਾਬ ਹੈਗਾ ਆਪਸ਼ਨ ਸੀ 1870 ਇਸਵੀ ਇਸ ਜੰਗ ਦੇ ਵਿੱਚ ਜਿਹੜਾ ਪਰਸ਼ੀਆ ਸੀਗਾ ਉਹ ਜਿੱਤ ਗਿਆ ਸੀਗਾ ਤੇ ਫਰਾਂਸ ਹਾਰ ਗਿਆ ਸੀ ਨੌਵਾਂ ਪ੍ਰਸ਼ਨ ਫ੍ਰੈਂਕਫਰਟ ਦੀ ਸੰਧੀ ਕਿਸ-ਕਿਸ ਵਿਚਕਾਰ ਹੋਈ ਸੀ ਆਪਸ਼ਨ ਏ ਇੰਗਲੈਂਡ ਅਤੇ ਜਾਪਾਨ ਬੀ ਫਰਾਂਸ ਅਤੇ ਪਰਸ਼ੀਆ ਸੀ ਫ੍ਰਾਂਸ ਅਤੇ ਰੂਸ ਡੀ ਰੂਸ ਅਤੇ ਪਰਸ਼ੀਆ ਤਾਂ ਇਹਦਾ ਸਹੀ ਜਵਾਬ ਹੈ ਗਾਗਾ ਆਪਸ਼ਨ ਬੀ ਫ੍ਰਾਂਸ ਅਤੇ ਪਰਸ਼ੀਆ ਤੇ ਇਹ ਜਿਹੜੀ ਸੰਧੀ ਸੀਗੀ ਇਹ 1871 ਈਸਵੀ ਦੇ ਵਿੱਚ ਹੋਈ ਸੀਗੀ 10ਵਾਂ ਪ੍ਰਸ਼ਨ ਜਰਮਨੀ ਆਸਟਰੀਆ ਹੰਗਰੀ ਅਤੇ ਇਟਲੀ ਵਿਚਕਾਰ ਤ੍ਰੈ ਗੁੱਟ ਸੰਧੀ ਕਦੋਂ ਹੋਈ ਏ 1881 ਈਸਵੀ B 1882 ਇਸਵੀ C 1884 ਇਸਵੀ ਤੇ D 1890 ਇਸਵੀ ਤਾਂ ਇਹਦਾ ਸਹੀ ਜਵਾਬ ਹੈਗਾ ਆਪਸ਼ਨ B 1882 ਇਸਵੀ 11ਵਾਂ ਪ੍ਰਸ਼ਨ ਤਿਕੋਣੀ ਸਮਝੌਤਾ ਕਿੰਨਾਂ ਦੇਸ਼ਾਂ ਵਿਚਕਾਰ ਹੋਇਆ ਸੀਗਾ ਆਪਸ਼ਨ A ਰੂਸ ਫਰਾਂਸ ਤੇ ਇੰਗਲੈਂਡ B ਰੂਸ ਅਮਰੀਕਾ ਇੰਗਲੈਂਡ C ਅਮਰੀਕਾ ਫਰਾਂਸ ਇੰਗਲੈਂਡ ਤੇ ਡੀ ਰੂਸ ਫਰਾਂਸ ਅਮਰੀਕਾ ਤਾਂ ਇਹਦਾ ਸਹੀ ਜਵਾਬ ਹੈ ਗਾਗਾ ਆਪਸ਼ਨ ਏ ਰੂਸ ਫਰਾਂਸ ਤੇ ਇੰਗਲੈਂਡ 12ਵਾਂ ਪ੍ਰਸ਼ਨ ਬਰਲਿਨ ਸੰਮੇਲਨ ਕਦੋਂ ਸ਼ੁਰੂ ਹੋਇਆ ਆਪਸ਼ਨ ਏ 13 ਜੂਨ 1878 ਇਸਵੀ ਬੀ 13 ਜੁਲਾਈ 1878 ਇਸਵੀ ਸੀ 2 ਬਾਈ ਅਕਤੂਬਰ 1890 ਇਸਵੀ ਤੇ ਡੀ 5 ਮਈ 1892 ਇਸਵੀ ਤਾਂ ਇਹਦਾ ਰਾਈਟ ਜਵਾਬ ਹੈ ਗਾਗਾ ਆਪਸ਼ਨ ਏ 13 ਜੂਨ 1878 ਈਸਵੀ ਤੇ ਇਸ ਸੰਮੇਲਨ ਦਾ ਮੁੱਖ ਉਦੇਸ਼ ਸੀਗਾ ਬਲਕਾਨ ਰਾਜਾਂ ਦੀਆਂ ਸੀਮਾ ਨੂੰ ਨਿਸ਼ਚਿਤ ਕਰਨਾ 13ਵਾਂ ਪ੍ਰਸ਼ਨ ਪਹਿਲੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਦਾ ਰਾਸ਼ਟਰਪਤੀ ਕੌਣ ਸੀ ਆਪਸ਼ਨ ਏ ਜਾਰਜ ਕਲੇਮੈਸੋ ਆਪਸ਼ਨ ਬੀ ਫਰੈਂਕਲਿਨ ਡੀ ਰੂਜ਼ਵੈਟ ਸੀ ਲਾਰਡ ਜਾਰਜ ਤੇ ਡੀ वुड्रो विल्सन ਤਾਂ ਇਹਦਾ ਸਹੀ ਜਵਾਬ ਹੈਗਾ ਗਾਗਾ ਆਪਸ਼ਨ ਡੀ वुड्रो विल्सन 14ਵਾਂ ਪ੍ਰਸ਼ਨ ਪਹਿਲੇ ਵਿਸ਼ਵ ਯੁੱਧ ਦੌਰਾਨ ਫਰਾਂਸ ਦੇ ਪ੍ਰਧਾਨ ਮੰਤਰੀ ਕੌਣ ਸੀ ਆਪਸ਼ਨ ਏ वुड्रो विल्सन ਆਪਸ਼ਨ ਬੀ ਫਰੈਂਕਲਿਨ ਡੀ ਰੂਜ਼ੇਲਵੈਟ ਸੀ ਜਾਰਜ ਕਲੇਮੈਸੋ ਤੇ ਡੀ ਲਾਰਡ ਚਾਰਜ ਤਾਂ ਇਹਦਾ ਸਹੀ ਜਵਾਬ ਹੈਗਾ ਗਾਗਾ ਆਪਸ਼ਨ ਸੀ ਜਾਰਜ ਕਲੇਮੈਸੋ 15ਵਾਂ ਪ੍ਰਸ਼ਨ ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਹਰੇਕ ਦੇਸ਼ ਆਪਣੀ ਰਾਸ਼ਟਰੀ ਆਮਦਨ ਕਿੰਨੇ ਪ੍ਰਤੀਸ਼ਤ ਹਿੱਸਾ ਸੈਨਿਕਾ ਅਤੇ ਹਥਿਆਰਾਂ ਉੱਤੇ ਖਰਚ ਕਰਨਾ ਸ਼ੁਰੂ ਕਰ ਦਿੰਦਾ ਸੀ ਆਪਸ਼ਨ A 60% ਹਿੱਸਾ B 85% ਹਿੱਸਾ C 95% ਹਿੱਸਾ ਤੇ D 75% ਹਿੱਸਾ ਤਾਂ ਇਹਦਾ ਰਾਈਟ ਜਵਾਬ ਹੈਗਾ ਆਪਸ਼ਨ B 85% ਹਿੱਸਾ ਪਹਿਲੇ ਵਿਸ਼ਵ ਜੰਦ ਤੋਂ ਪਹਿਲਾਂ ਹਥਿਆਰਾਂ ਦੀ ਦੌੜ ਐਨੀ ਵੱਧ ਚੁੱਕੀ ਸੀਗੀ ਕਿ ਹਰੇਕ ਜਿਹੜਾ ਰਾਸ਼ਟਰ ਸੀਗਾ ਉਹ ਸ਼ਕਤੀਸ਼ਾਲੀ ਬਣਨਾ ਚਾਹੁੰਦਾ ਸੀਗਾ ਤੇ ਹਥਿਆਰਾਂ ਦੀ ਇਸ ਦੌੜ ਨੂੰ ਘਟ ਕਰਨ ਦੇ ਲਈ ਦੋ ਸੰਮੇਲਨ ਸੀਗੇ ਜਿਹੜੇ ਉਹ ਹੇਗ ਦੇ ਵਿੱਚ ਬੁਲਾਏ ਗਏ ਸੀਗੇ ਪਰ ਇਹ ਜਿਹੜੇ ਸੰਮੇਲਨ ਸੀਗੇ ਇਹ ਅਸਫਲ ਰਹੇ ਸੀਗੇ 16ਵਾਂ ਪ੍ਰਸ਼ਨ ਆਸਟਰੀਆ ਨੇ ਬੋਸਨੀਆ ਅਤੇ ਹਰਜੇਗੋਵਿਨਾ ਪ੍ਰਦੇਸ਼ਾਂ ਨੂੰ ਕਦੋਂ ਹੜੱਪ ਲਿਆ ਸੀ ਆਪਸ਼ਨ ਏ 1905 ਸਵੀ B 1907 ਇਸਵੀ C 1908 ਇਸਵੀ ਤੇ D 1909 ਇਸਵੀ ਤਾਂ ਇਹਦਾ ਰਾਈਟ ਜਵਾਬ ਹੈ ਗਾਗਾ ਆਪਸ਼ਨ C 1908 ਇਸਵੀ 7ਵਾਂ ਪ੍ਰਸ਼ਨ ਮਰਾਕੋ ਨੂੰ ਕਿਸ ਦੇਸ਼ ਨੇ ਸੁਤੰਤਰ ਰਾਜ ਕੋਸ਼ਿਤ ਕਰ ਦਿੱਤਾ ਸੀ ਆਪਸ਼ਨ A ਫਰਾਂਸ B ਜਰਮਨੀ C ਇੰਗਲੈਂਡ ਤੇ D ਸਪੇਨ ਤਾਂ ਇਹਦਾ ਰਾਈਟ ਜਵਾਬ ਹੈ ਗਾਗਾ ਆਪਸ਼ਨ B ਜਰਮਨੀ ਜਰਮਨੀ ਨੇ 1905 ਈਸਵੀ ਨੂੰ ਮਰਾਕੋ ਨੂੰ ਸੁਤੰਤਰ ਰਾਜ ਘੋਸ਼ਿਤ ਕਰ ਦਿੱਤਾ ਸੀਗਾ ਜਦੋਂ ਮਰਾਕੋ ਸੰਕਟ ਸਾਹਮਣੇ ਆਇਆ ਸੀਗਾ 18ਵਾਂ ਪ੍ਰਸ਼ਨ ਫਰਾਂਸ ਨੇ ਮਰਾਕੋ ਦੀ ਰਾਜਧਾਨੀ ਫੈਜ਼ ਉੱਤੇ ਕਦੋਂ ਕਬਜ਼ਾ ਕਰ ਲਿਆ ਸੀ অপਸ਼ਨ A 1908 ਈਸਵੀ B 1911 ਈਸਵੀ C 1912 ਈਸਵੀ ਤੇ D 1910 ਈਸਵੀ ਤਾਂ ਇਹਦਾ ਰਾਈਟ ਜਵਾਬ ਹੈ ਗਾਗਾ অপਸ਼ਨ B 1911 ਈਸਵੀ ਨਿਵਾ ਪ੍ਰਸ਼ਨ ਪਹਿਲਾ ਬਲਕਾਨ ਯੁੱਧ ਕਦੋਂ ਹੋਇਆ ਆ অপਸ਼ਨ ਏ 1928ਵੀ ਬੀ 1911 ਇਸਵੀ ਸੀ 1912 ਇਸਵੀ ਤੇ ਡੀ 1910 ਇਸਵੀ ਤਾਂ ਇਹਦਾ ਰਾਈਟ ਜਵਾਬ ਹੈ ਗਾਗਾ অপਸ਼ਨ ਸੀ 1912 ਇਸਵੀ ਤੇ ਇਹ ਜਿਹੜਾ ਯੁੱਧ ਸੀਗਾ ਇਹ ਚਾਰ ਰਾਜਾਂ ਸਰਬੀਆ ਬੁਲਗੇਰੀਆ ਮੌਂਟੇਨੀਗਰੋ ਤੇ ਯੂਨਾਨ ਨੇ ਤੁਰਕੀ ਦੇ ਵਿਰੁੱਧ ਲੜਿਆ ਸੀਗਾ ਜਿਸ ਵਿੱਚ ਜਿਹੜਾ ਤੁਰਕੀ ਸੀਗਾ ਉਹ ਹਾਰ ਗਿਆ ਸੀਗਾ ਬੀਮਾ ਪ੍ਰਸ਼ਨ ਦੂਜਾ ਬਲਕਾਨ ਯੁੱਧ ਕਦੋਂ ਹੋਇਆ ਆਪਸ਼ਨ ਏ 1908 ਈਸਵੀ ਬੀ 1911 ਈਸਵੀ ਸੀ 1912 ਈਸਵੀ ਤੇ ਡੀ 1913 ਈਸਵੀ ਤਾਂ ਇਹਦਾ ਰਾਈਟ ਜਵਾਬ ਹੈ ਗਾਗਾ ਆਪਸ਼ਨ ਡੀ 1913 ਈਸਵੀ ਇਹ ਜਿਹੜਾ ਯੁੱਧ ਸੀਗਾ ਇਹ ਬੁਲਗੇਰੀਆ ਨੇ ਆਪਣੇ ਮਿੱਤਰ ਰਾਜ ਸਰਬੀਆ ਮੌਂਟੇਨੇਗਰੋ ਤੇ ਯੂਨਾਨ ਦੇ ਵਿਰੁੱਧ ਛੇੜ ਦਿੱਤਾ ਸੀਗਾ ਜਿਸ ਵਿੱਚ ਜਿਹੜਾ ਬੁਲਗੇਰੀਆ ਸੀਗਾ ਉਹ ਹਾਰ ਗਿਆ ਸੀਗਾ ਇਸੀ ਆਪਣੇ World War 1 ਦੇ ਇੰਪੋਰਟੈਂਟ MCQਸ ਬਾਕੀ ਜੋ ਕੁਐਸ਼ਨਸ ਰਹਿ ਗਏ ਨੇ ਉਹ ਅਗਲੀ ਵੀਡੀਓ ਚ ਕਰਵਾ ਦਿੱਤੇ ਜਾਣਗੇ ਜੇਕਰ ਤੁਸੀਂ World War 1 ਦੀ ਪੂਰੀ ਵੀਡੀਓ ਦੇਖਣਾ ਚਾਹੁੰਦੇ ਹੋਗੇ ਤਾਂ ਸਾਡੇ ਚੈਨਲ ਦੀ ਪਲੇਲਿਸਟ 'ਚ ਜਾ ਕੇ ਦੇਖ ਸਕਦੇ ਹੋਗੇ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰਿਓ ਜੇ ਤੁਸੀਂ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ